कश्मीर जैसी जगह ले चलो ना, बर्फ पे सिखाऊंगी प्यार तुझे, झीलों पे ऐसे उड़ेंगे साथ दोनों, इश्क पढ़ाऊंगी यार तुझे। खाना अखा चार हो गई हाँ, उत्थे जन्नत ते देख दरवाजे आया मैं, खुशियां दी उठ दी बरात पई सी उत्थे, पीड़ा ते देख के जनाजे आया मैं, दिन की रात की अज की ते बाद की, रह लांगे पैरी ओना ते साड़ी औकात की, दस्या के कैसे ये मोहब्बत मेरी सब दिल वाले कर के खुला से आया मैं। कल माही दिया खाना अखा चार हो गई हाँ, उठे जन्नत ते देख दरवाजे आया मैं, कल माही दिया खाना अखा चार हो गई हाँ, उठे जन्नत ते देख दरवाजे आया मैं। नींदा तो परहेज दिन बेकार जया लगदा, अख मेरे यार दी हकीम हां बीमार दी, पीड़ा उते आंदा बड़ा प्यार जया लगदा, बूहे तो यो ना दे रेंदे पैर लंगदे, जेड़े बूहे तो यो ना दे रेंदे पैर लंगदे, मत्था टेक के ते कल उस पासे आई मैं, कुछ शायरी की रत तो लिखा के रखी सी, मौला हाजर सी उठे ते सोना के आया मैं, कल माही दिया खाना अखा चार हो गई हाँ, उठे जन्नत दे देख दरवाजे आई मैं, कल माही दिया खाना अखा चार हो गई हाँ, उठे जन्नत दे देख दरवाजे आई मैं। आधा मेरा ऐसे हो पूरा चंद्रमा, ओ तारा तेरा एक तारा मेरा बाकी अंधेरा आसमां, न तेरे संग लागे बांधे जो पीपल पे धागे, सुरमे के धारे बहते हैं नजरे बचा के, बदरंग में सतरंगा है ये इश्क रे, जोगी में और गंगा है ये इश्क रे, बदरंग में सतरंगा है ये इश्क रे, जोगी में और गंगा है ये इश्क रे।
ਨਰਾਜ ਮੈਂ ਤਾਂ ਕੁੜੀਆਂ ਵੀ ਗੁੱਸੇ ਫਿਰਦੇ ਆ ਸਾਰੇ ਮੇਰੇ ਨਾਲ ਰੁੱਸੇ ਰੁੱਸੇ ਕਿੰਨੇ ਸਾਲ ਹੋ ਗਏ ਰਿਲੇਸ਼ਨ ਨੂੰ ਇਹ ਨਹੀਂ ਕਹਿ ਸਕਦੇ ਬਸ 5 ਕਿ ਤਾਂ ਹੋ ਹੀ ਗਏ ਕਿੱਦਾਂ ਚੱਲਦਾ ਪਿਆ ਸਭ ਬਹੁਤ ਵਧੀਆ ਤੁਹਾਡੇ ਨਾਲ ਤਾਂ ਬਹੁਤ ਵਧੀਆ ਚੱਲਦਾ ਮੈਮ ਦੇ ਬਾਰੇ ਕੁਝ 5 ਚੀਜ਼ਾਂ ਦੱਸੋ ਖੂਬੀਆਂ ਖੂਬੀਆਂ ਮੈਡਮ ਲੜਾਕੀ ਬਹੁਤ ਹੈ ਮੈਡਮ ਜਿੱਦੀ ਬਹੁਤ ਹੈ ਤੇ ਮੈਡਮ ਦਾ ਮੂੰਹ ਕਿਸੇ ਵੀ ਟਾਈਮ ਬਣ ਸਕਦਾ ਮੈਡਮ ਕਿਸੇ ਟਾਈਮ ਵੀ ਸੈੱਟ ਹੋ ਸਕਦੀ ਹੈ ਤੇ ਮੈਡਮ ਵੈਸੇ ਵਧੀਆ ਸ਼ੁਰੂ ਹੋ ਜਾਓ ਮੈਮ ਭਾਈ ਦੀਆਂ ਕੋਈ 5 ਖੂਬੀਆਂ ਦੱਸੋ ਅੰਕਿਤ ਬਹੁਤ ਵਧੀਆ ਹੈ ਜਿੱਦਾਂ ਮੈਂ ਕਹਿੰਦੀ ਅੰਕਿਤ ਉਦਾਂ ਕਰ ਲੈਂਦੇ ਚਾਹੇ ਘੰਟਾ ਬਹਿਸ ਕਰਕੇ ਕਰਨ ਬਟ ਕਰ ਲੈਂਦੇ ਉਦਾਂ ਹਰ ਡਿਮਾਂਡ ਪੂਰੀ ਕਰਦੇ ਜਿੱਦਾਂ ਵੀ ਮੈਂ ਕਹਿੰਦੀ ਉਦਾਂ ਹਮੇਸ਼ਾ ਹੁੰਦਾ ਚਾਹੇ ਲੇਟ ਕਰਨ ਬਟ ਐਟਲੀਸਟ ਹੋ ਜਾਂਦਾ ਇਹ ਮੈਨੂੰ ਬਹੁਤ ਵਧੀਆ ਲੱਗਦਾ ਹਾਲਾਂਕਿ ਅਸੀਂ ਲੜਦੇ ਬਹੁਤ ਜ਼ਿਆਦਾ ਬਟ ਅਸੀਂ ਸੁਲਾਹ ਵੀ ਬਹੁਤ ਛੇਤੀ ਕਰ ਲੈਂਦੇ ਫਿਰ ਕਰ ਲਓ ਹੱਕਾ ਲਓ ਸਪਾਈਡਰਮੈਨ ਥੱਪੜ ਮਾਰੂ ਕਿੱਦਾਂ ਲੱਗ ਰਿਹਾ ਕਿਹਦੀ ਸਲਾਹ ਸੀ ਕਸ਼ਮੀਰ ਪਤਾ ਨਹੀਂ ਕਿਹੜੀ ਔਖੀ ਘੜੀ ਮੈਂ 120 ਰੁਪਏ ਇਕੱਠੇ ਕਰਕੇ ਫਿਲਮ ਦੇਖੀ ਤੇ ਉੱਥੋਂ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਮੇਰੀ ਪ੍ਰੀ ਵੈਡਿੰਗ ਵੀ ਕਸ਼ਮੀਰ ਹੋਵੇ ਤੇ ਮੈਂ ਅੱਜ ਫਸ ਗਿਆ ਸੀਰੀਅਸ ਨੋਟ ਦੱਸੋ ਕਿੱਦਾਂ ਲੱਗ ਰਿਹਾ ਬਹੁਤ ਸੋਹਣਾ ਬਹੁਤ ਵਧੀਆ ਸਭ ਦਾ ਉਦੇ ਭਈਆ ਦਾ ਤੇ ਮੋਹਿਤ ਭਈਆ ਦਾ ਬਹੁਤ ਵਧੀਆ ਕੰਮ ਹੈ ਅੱਛਾ ਦੋਨਾਂ ਚੋਂ ਲੜਦਾ ਕੋਣ ਜ਼ਿਆਦਾ ਗਲਤ ਗੱਲ ਸੱਚ ਦੱਸੋ ਨਹੀਂ ਮੈਂ ਲੜਦੀ ਪਹਿਲਾਂ ਮਨਾਉਂਦਾ ਕੋਣ ਹੈ ਮੁੰਡਿਆਂ ਦੇ ਕੰਮ ਇਹਦਾ ਹੋ ਗਈ ਮੈਡਮ ਪ੍ਰੀ ਵੈਡਿੰਗ ਖਤਮ ਤੁਹਾਡੀ ਪੋਜ਼ ਰਹਿਣ ਦੋ ਹੋ ਗਈ ਪ੍ਰੀ ਵੈਡਿੰਗ ਖਤਮ ਠੀਕ ਹੈ ਭਾਜੀ ਕੋਈ ਸੰਦੇਸ਼ ਕੁਆਰਿਆਂ ਨੂੰ ਕਿਹਨਾਂ ਨੂੰ ਕੁਆਰਿਆਂ ਨੂੰ ਤੌਰ ਚ ਬਾਰੇ ਦੀ ਐਸ਼ ਕੁਆਰੇ ਦੀ ਮੁੰਡਾ ਨੋ